ਹੈਲੋ ਦੋਸਤੋ, ਕਿੱਦਾਂ ਹੋ ਸਾਰੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ। ਅਤੇ ਆਪਾਂ ਜਾ ਰਹੇ ਹਾਂ ਅੱਜ ਲੰਟੇ ਮਾਲ ਨਵਾਂ ਸਾਲ ਮਨਾਉਣ ਲਈ। ਆਹ ਪਿੱਛੇ ਬੰਦੇ ਸਾਰੇ ਆਪਣੇ ਨਾਲ ਜਾ ਰਹੇ ਨੇ, ਰੈਡੀ ਸ਼ੈਡੀ ਹੋ ਗਏ ਹਾਂ ਬਾਈ। ਅੱਧੇ ਬੰਦੇ ਆ ਰਹੇ ਨੇ ਆਪਣੇ, ਅਤੇ ਚੱਲਦੇ ਹਾਂ ਤਿਆਰ ਹੋ ਜਾਂ। ਸਾਰੇ ਬੰਦੇ ਆਪਣੇ ਨਾਲ ਆ ਬਾਈ, ਗੱਡੀਆਂ ਤਿਆਰ ਆ ਆਪਣੀਆਂ। ਦੋ ਬੰਦੇ ਹੋਰ ਆ ਰਹੇ ਨੇ, ਅਤੇ ਪੰਜ ਦਸ ਮਿੰਟ ਵੇਟ ਕਰਕੇ ਉਹਨਾਂ ਦੀ ਫਿਰ ਨਿਕਲਦੇ ਹਾਂ। ਲਓ ਬਈ, ਬੰਦਾ ਪਹੁੰਚਿਆ ਇੱਕ ਆਪਣਾ ਹੋਰ ਗੱਡੀ ਦੇ ਕੇ। ਬੰਦੇ ਪੰਜ ਆ, ਮੋਟਰਸਾਈਕਲ ਤਿੰਨ ਆ। ਰੌਲਾ ਹੋ ਰਿਹਾ ਕੌਣ ਕਿਹਦੇ ਨਾਲ ਬੈਠੂੰਗਾ। ਲਓ ਬਈ, ਰਿੰਕੂ ਜੀ ਨੇ ਚੱਕ ਲਿਆ ਇੱਕ ਮੋਟਰਸਾਈਕਲ, ਨਿਕਲਣ ਲੱਗੇ ਹਾਂ, ਤਿਆਰ ਹੋ ਗਏ ਬਸ। ਓਹੋ, ਲੋਈਆਂ ਲੂਈਆਂ ਨਾਲ ਲੈ ਕੇ ਚੱਲੇ ਹਾਂ ਬਾਈ। ਰਾਤ ਦਾ ਟਾਈਮ ਆ, ਕਰੀਬ 9-10 ਵੱਜ ਰਹੇ ਨੇ। ਲਓ ਬਈ, ਪਹੁੰਚ ਗਏ ਹਾਂ ਕਰਾਲੀ ਸ਼ਹਿਰ। ਕਰਾਲੀ ਪੈਕ ਹੋ ਕੇ ਨਿਕਲਣਾ ਪਿਆ, ਅਤੇ ਧੁੰਦ ਬਹੁਤ ਜ਼ਿਆਦਾ, ਲਾਈਟਾਂ ਪਰ ਖੜ੍ਹੇ ਹਾਂ। ਅਤੇ ਪਿੱਛੇ ਦੁਕਾਨ ਤੋਂ ਕੁਛ ਲੈਣ ਲੱਗਿਆ ਖਾਣ ਪੀਣ ਵਾਸਤੇ, ਅਤੇ ਉਹਦੇ ਬਾਅਦ ਦੁਬਾਰਾ ਚਾਲੂ ਕਰਦੇ ਆਪਣੀ ਯਾਤਰਾ। ਲਓ ਬਾਈ, ਸ਼ੋਪਿੰਗ ਹੋ ਗਈ ਆਪਣੀ, ਖਾਣ ਪੀਣ ਵਾਲਾ ਸਮਾਨ ਕਿਆ ਕਿਆ ਲਿਆ ਦਿਖਾ ਦਿਓ ਜੀ। ਉੱਥੇ ਕੁਰਕਰੇ ਕਰਕਰੇ ਜੀ, ਉਹ ਕੋਲਡ ਡਰਿੰਕ ਅੱਗੇ ਤੇ ਲਾਉਂਗੇ। ਚਲੋ ਬਾਈ, ਬੈਠੋ ਗੱਡੀਆਂ ਪਰ। ਲਓ ਬਾਈ, ਪੈਟਰੋਲ ਪੰਪ ਰੁਕੇ, ਗੱਡੀਆਂ 'ਚ ਪਵਾਇਆ ਤੇਲ। ਇੱਧਰ ਹਲਕੇ ਹੁਲਕੇ ਹੋ ਗਏ ਬਾਈ ਇਹ। ਅਤੇ ਲਓ ਬਾਈ, ਫਾਈਨਲੀ ਪਹੁੰਚ ਗਏ ਆਪਾਂ ਲਾਂਟੇ ਮੋਲ ਦੇ ਕੋਲ। ਆਹ ਪਿੱਛੇ ਲਾਂਟੇ ਮੋਲ ਆਪਣੇ, ਅਤੇ ਬਾਈ ਮਸਾਂ ਹੀ ਪਹੁੰਚੇ ਹਾਂ। ਚੰਡੀਗੜ੍ਹ 'ਚ ਰਖਾਉਣੇ ਵਾਲਾ ਕੰਮ ਆ, ਇੱਧਰ ਆਹ ਕਦੇ ਇੱਧਰ ਲੈ ਜਾਂਦਾ ਕਦੇ ਇੱਧਰ ਲੈ ਜਾਂਦਾ, ਕੁਛ ਨਹੀਂ ਪਤਾ ਚੱਲਦਾ ਉਰੇ। ਬਾਕੀ ਦਿਖਾਉਂਦੇ ਹਾਂ ਤੁਹਾਨੂੰ, ਘੁਮਾਉਂਦੇ ਹਾਂ ਉਰੇ, ਨਵੇਂ ਸਾਲ ਦਾ ਦ੍ਰਿਸ਼ ਦਿਖਾਉਂਦੇ ਹਾਂ ਤੁਹਾਨੂੰ। ਅਤੇ ਲਓ ਬਾਈ, ਇਹ ਆ ਲਾਂਟੇ ਮੋਲ, ਭੀੜ ਤੁਹਾਡੇ ਸਾਹਮਣੇ ਆ ਕਿੰਨੀ ਜ਼ਿਆਦਾ, ਅਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ ਆਪਾਂ। ਸਾਡੇ ਬੰਦੇ ਖੋ ਗਏ ਨੇ ਦੋ, ਉਹਨਾਂ ਨੂੰ ਲੱਭ ਲਈਏ, ਪਹਿਲਾਂ ਫੋਨ ਕਰਿਆ ਉਹਨਾਂ ਨੇ। ਪਾਰਕਿੰਗ ਮੋਟਰਸਾਈਕਲ ਵਾਲੀ ਬਟਨ ਟੁੱਟ ਗਿਆ, ਇਹਨੂੰ ਮੋਲ ਚੋਂ ਪੈਂਟ ਦਵਾਉਂਦੇ ਹੁਣ ਅੰਦਰ। ਦੇਸੀ ਜਗਾੜ ਇਹਦਾ ਲੋਅਰ ਚ ਕੱਢਿਆ ਫਿੱਤਾ ਜਾਂ ਉਧਰਲੀ ਸਾਈਡ ਤੋਂ। ਬਾਕੀ ਚੱਲਦੇ ਅੰਦਰ, ਬੰਦੇ ਹੋ ਗਏ ਆਪਣੇ ਪੂਰੇ ਸਾਰੇ। ਲਓ ਬਾਈ, ਗੇਟ ਦੇ ਮੂਹਰੇ ਖੜ੍ਹੇ ਆ ਲਾਂਟੇ ਦੇ, ਕਹਿੰਦੇ ਬੰਦ ਹੋ ਗਿਆ ਤਾਂ ਸਾਰੇ ਲੋਕ ਉਹ ਪਿੱਛੇ ਤੱਕ ਵਾਪਸ ਕਰਤੇ ਇਹਨਾਂ ਨੇ। ਅਤੇ ਜਿਹੜੇ ਮੇਨ ਮੇਨ ਬੰਦੇ ਜਿਨ੍ਹਾਂ ਦੇ ਅੰਦਰ ਕਲੱਬ ਕਲੁੱਬ 'ਚ ਕਰਿਆ ਹੋਇਆ ਨਾ ਆਪਣਾ ਪ੍ਰੋਗਰਾਮ ਪਹਿਲੀ ਬੁੱਕ, ਉਹ ਉਹਨਾਂ ਨੂੰ ਭੇਜ ਰਹੇ ਹਾਂ ਬਸ ਇਹ, ਅਤੇ ਬਾਕੀ ਸਭ ਇੱਦਾਂ ਹੀ ਖੜ੍ਹੇ ਨੇ। ਅਤੇ ਦੇਖਦੇ ਹਾਂ ਹੁਣ, ਜੇ ਤਾਂ 5-10 ਮਿੰਟ ਤੱਕ ਅੰਦਰ ਭੇਜਦੇ ਹਾਂ ਆਪਾਂ ਨੂੰ, ਫਿਰ ਚੱਲਦੇ ਹਾਂ, ਨਹੀਂ ਕਿਧਰੇ ਹੋਰ ਚੱਲਦੇ ਹਾਂ ਆਪਾਂ। ਆਪਾਂ ਨੇ ਤਾਂ ਨਵਾਂ ਸਾਲ ਹੀ ਮਨਾਉਣਾ, ਹੋਰ ਕਿਤੇ ਚੱਲ ਕੇ ਮਨਾਉਂਦੇ ਹਾਂ ਫਿਰ। ਆ ਜਾਓ ਫਿਰ, ਕਮਾਉਣ ਗਾਇਸ। ਬਾਈ ਪੋਪਟ ਹੋ ਗਿਆ, ਪੋਪਟ ਬੰਪ ਲਾ ਇੱਥੇ ਬਾਈ। ਆਪਾਂ ਜਾ ਰਹੇ ਹਾਂ 17 ਸੈਕਟਰ, ਅਤੇ ਬੜੇ ਬੜੇ ਬੰਦੇ ਸਾਰੇ ਅੰਦਰ ਐਂਟਰੀ ਆ ਉਹਨਾਂ ਨੂੰ, ਆਮ ਬੰਦੇ ਜਿਕਣਾ ਫਿਰ ਰਹੇ ਸਾਰੇ, ਕਿਸੇ ਨੂੰ ਐਂਟਰੀ ਨਹੀਂ ਦੇ ਰਹੇ। ਆਪਾਂ ਚੱਲਦੇ ਹਾਂ 17 ਸੈਕਟਰ, ਕਹਿੰਦੇ ਉੱਥੇ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ, ਉੱਥੇ ਦਿਖਾਉਂਦੇ ਹਾਂ ਤੁਹਾਨੂੰ ਜਾ ਕੇ। ਲਓ ਬਾਈ,
ਅੱਜ ਤਾਂ ਬਹੁਤ ਬੁਰਾ ਜਿਹਾ ਹੋਇਆ ਕੰਮ ਆਪਣੇ ਨਾਲ। ਇਹ ਪਹਿਲਾਂ ਲਾਂਟੇ ਮੌਲ ਗਏ, ਉਹ ਵੀ ਬੰਦ ਹੋ ਗਿਆ, ਅਤੇ ਉੱਥੇ ਬਸ 17 ਸੈਕਟਰ ਗਏ, ਉੱਥੇ ਵੀ ਸਾਰਾ ਕੁਛ ਬੰਦੇ ਤਾਂ, ਅਤੇ ਵਾਪਸ ਮੁੜਨਾ ਪਿਆ ਹੁਣ। ਅਤੇ ਨਵਾਂ ਸਾਲ ਸ਼ੁਰੂ ਹੋਣ ਨੂੰ ਕਰੀਬ 1-2 ਮਿੰਟ ਰਹਿੰਦੇ ਆ, ਅਤੇ ਆਪਾਂ ਖੜ੍ਹੇ ਇਸ ਟਾਈਮ KFC ਆ ਪਿੱਛੇ ਆਪਣੇ ਖਰੜ ਦੇ ਵਿੱਚ, ਉੱਥੇ ਖੜ੍ਹੇ ਹਾਂ। ਅਤੇ ਆਪਾਂ ਹੁਣ ਕਿਆ ਕਰੀਏ, ਹੈ ਨਾ, ਕੋਈ ਰਸਤਾ ਹੈ ਨਹੀਂ, ਹੱਥੀ ਮਰਾਉਂਦੇ ਹਾਂ ਖੜ੍ਹ ਕੇ ਨਵਾਂ ਸਾਲ। ਅੰਦਰ ਟਾਈਮਿੰਗ ਚੱਲ ਰਹੀ ਹੈ ਨਵੇਂ ਸਾਲ ਦੀ, ਓਏ 1 ਮਿੰਟ ਰਹਿ ਬਾਈ, ਹੋਈ ਤਾਂ ਲੱਸੀ ਆ ਨਾ ਅੱਜ। ਚੱਲ ਕੋਈ ਗੱਲ, ਚੰਡੀਗੜ੍ਹ ਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਕੋਈ ਕਹਿ ਸਕਦਾ ਤਾ, ਲਓ ਬਾਈ ਚੜ੍ਹ ਗਿਆ ਨਵਾਂ ਸਾਲ 2024। ਲਓ ਜੀ 2024 ਤੁਹਾਡਾ ਸਵਾਗਤ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ, ਨਵਾਂ ਸਾਲ ਚੜ੍ਹ ਗਿਆ, ਰੱਖੋ ਸਾਡੇ ਵੀ। ਲਓ ਬਾਈ ਆਪਣਾ ਨਵਾਂ ਸਾਲ ਤਾਂ ਅੱਜ ਸੜਕਾਂ ਪਰੇ ਲੰਘ ਗਿਆ, ਗਏ ਤੇ ਪਾਰਟੀ ਕਰਨ। ਆਹ ਬੰਦਾ ਲੈ ਕੇ ਆਇਆ ਆਪਾਂ ਨੂੰ, ਕਹਿੰਦਾ ਬਹੁਤ ਵਧੀਆ ਪਾਰਟੀ ਹੁੰਦੀ ਆ ਉੱਥੇ ਲਾਂਟੇ ਮੌਲ, ਇਹਦੇ ਚੱਕਰਾਂ 'ਚ ਸਾਰੇ ਇੱਧਰ ਉੱਧਰ ਫਿਰ ਰਹੇ। ਅਤੇ ਉਹ ਦੇਖੋ ਬੰਬ ਵੱਜਣ ਲੱਗ ਗਏ ਨਵੇਂ ਸਾਲ ਦੇ, ਬਾਈ ਪਾਰਟੀ ਦਾ ਸਮਾਨ ਕੱਢ ਲਿਆ ਓਏ। ਨਵਾਂ ਸਾਲ ਆ, ਦੇਖੋ ਮੂੰਹ ਮਿੱਠਾ ਕੀਤਾ ਜਾਵੇ। ਲਓ ਜੀ ਮਹਾਰਾਜ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਵੀ ਖਿਲਾ ਦੋ ਯਾਰ, ਖਾਲੇ ਖਤਮ ਵੀ ਹੋ ਗਿਆ ਹੋਰ ਪਏ ਆ। ਅਤੇ ਲਓ ਬਾਈ ਫਾਈਨਲੀ ਪਹੁੰਚ ਗਏ ਆਪਾਂ ਆਪਣੇ ਸ਼ਹਿਰ ਮੋਰਿੰਡੇ ਦੇ ਵਿੱਚ, ਅਤੇ ਨਵਾਂ ਸਾਲ ਚੜ੍ਹ ਗਿਆ ਜਿਵੇਂ ਤੁਹਾਨੂੰ ਪਤਾ, ਅਤੇ ਆਪਾਂ ਆਏ ਆਪਣੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ, ਅਤੇ ਇੱਥੇ ਵੀ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਜੀ, ਅਤੇ ਇੱਥੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ, ਅਤੇ ਫਿਰ ਚੱਲਦੇ ਹਾਂ ਘਰਾਂ। ਬਾਈ ਗਿੱਲੇ ਕਰਦੇ ਹਾਂ, ਉਸ ਪੈ ਰਹੀ ਆ ਪੂਰੀ ਧੁੰਦ ਜ਼ੋਰਾਂ ਸ਼ੋਰਾਂ 'ਤੇ, ਅਤੇ ਦਰਸ਼ਨ ਕਰਕੇ ਉਹਦੇ ਬਾਅਦ ਪਾਉਂਦੇ ਹਾਂ ਫਿਰ ਆ ਘਰ ਨੂੰ। ਅਤੇ ਲਓ ਬਾਈ ਦਰਸ਼ਨ ਕਰੇ ਆਏ, ਅੰਦਰ ਮੱਥਾ ਮੁੱਥਾ ਟੇਕ ਆਏ, ਅਤੇ ਆ ਸਾਹਮਣੇ ਲੰਗਰ ਚੱਲ ਰਿਹਾ, ਇੱਥੇ ਵੀ ਅੱਜ ਪ੍ਰੋਗਰਾਮ ਤਾਂ ਗੁਰਦੁਆਰਾ ਸਾਹਿਬ 'ਚ ਨਵੇਂ ਸਾਲ ਕਰਕੇ, ਅਤੇ ਉਹਦੀ ਸਮਾਪਤੀ ਹੋ ਗਈ ਆ, ਤਾਂ ਕਰਕੇ ਲੰਗਰ ਦੀ ਸ਼ੁਰੂਆਤ ਹੋ ਗਈ ਹੁਣ, ਲੰਗਰ ਚੱਲ ਪਿਆ, ਅਤੇ ਆਪਾਂ ਵੀ ਜਾ ਰਹੇ ਹਾਂ। ਅਤੇ ਲੰਗਰ ਪਾਣੀ ਛੱਕ ਕੇ ਹੁਣ ਆਪਾਂ ਵੀ ਨਿਕਲਦੇ ਹਾਂ ਘਰ ਨੂੰ, ਅਤੇ ਵੈਸੇ ਤਾਂ ਸਫ਼ਰ ਆਪਣਾ ਵਧੀਆ ਹੀ ਰਿਹਾ, ਬਸ ਉੱਥੇ ਅੰਦਰ ਐਂਟਰੀ ਨਹੀਂ ਮਿਲੀ, ਬਾਕੀ ਤਾਂ ਕੋਈ ਚੱਕਰ ਨਹੀਂ ਹੋਇਆ ਐਡਾ। ਅਤੇ ਨਵਾਂ ਸਾਲ ਵੈਸੇ ਆਪਣਾ ਵਧੀਆ ਹੀ ਸ਼ੁਰੂ ਹੋਇਆ, ਅਤੇ ਆਖਣੀਆਂ ਆਪਣੀਆਂ ਇੱਧਰ ਗੱਡੀਆਂ, ਇੱਧਰ ਬਾਈ ਲੰਗਰ ਛੱਕ ਲਵੇ, ਅਤੇ ਚੱਲਦੇ ਹਾਂ ਤੇ ਪਰ ਘਰ ਨੂੰ, ਅਤੇ ਜਾ ਕੇ ਸੌਂਦੇ ਹਾਂ।